ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਵਾਰ ਕਈ ਵੀਰਾਂ ਭੈਣਾਂ ਨੇ ਹੁਕਮ ਕੀਤਾ ਵੀ ਸ਼੍ਰੀ ਹੇਮਕੁੰਟ ਸਾਹਿਬ ਜੀ ਦਾ ਇਤਿਹਾਸ ਦੱਸੋ ਹਿਸਟਰੀ ਦੱਸੋ ਜਿੰਨੀ ਕੁ ਗੁਰੂ ਸਾਹਿਬ ਨੇ ਮੈਨੂੰ ਸਮੱਤ ਬਖਸ਼ੀ ਆ ਮੈਂ ਉਹਦੇ ਹਿਸਾਬ ਨਾਲ ਦੱਸੂਗਾ ਮੈਂ ਨਹੀਂ ਕਹਿੰਦਾ ਵੀ ਜੋ ਮੈਂ ਕਹੂੰਗਾ ਉਹ ਫਾਈਨਲ ਆ ਉਹ ਸੰਪੂਰਨ ਨਾ ਨਹੀਂ ਮੇਰੇ ਤੋਂ ਸਾਰੇ ਵਧੀਆ ਨੇ ਮਹਾਨ ਮਹਾਨ ਕਥਾਵਾਚਕ ਗਿਆਨੀ ਪਿੰਦਰਪਾਲ ਜੀ ਸੰਤ ਸਿੰਘ ਜੀ ਮਸਕੀਨ ਜੀ ਭਾਈ ਬਾਨਤਾ ਸਿੰਘ ਜੀ ਡੰਗਬੀਰ ਸਿੰਘ ਜੀ ਕਲਵੰਤ ਸਿੰਘ ਜੀ ਸਰਬਜੀਤ ਸਿੰਘ ਜੀ ਜਿੰਨੇ ਵੀ ਹੋਰ ਮਹਾਪੁਰਖ ਨੇ ਮੈਂ ਤਾਂ ਚਲੋ ਸਾਰਿਆਂ ਤੋਂ ਪਿੱਛੇ ਆ ਸਾਰਿਆਂ ਤੋਂ ਨਲਾਇਕ ਆ ਸਾਰਿਆਂ ਦਾ ਬੱਚਾ ਮੈਂ ਹਨਾ ਜੀ ਤੇ ਚਲੋ ਆਪਾਂ ਸ਼ੁਰੂ ਕਰਦੇ ਆ ਜਿਹੜਾ ਨਾ ਜੀ ਹੇਮਕੁੰਟ ਸਾਹਿਬ ਦਾ ਇਤਿਹਾਸ ਆ ਹਿਸਟਰੀ ਆ ਉਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਲਿਖਿਆ ਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹਿਮਕੁੰਟ ਸਾਹਿਬ ਬਾਰੇ ਆਪ ਦੱਸਿਆ ਆ ਜਿਹੜਾ ਕੁਝ ਆਪਾਂ ਹੁਣ ਅੱਗੇ ਵਿਚਾਰ ਕਰਾਂਗੇ ਗੱਲ ਕਰਾਂਗੇ ਜਾਂ ਤੁਸੀਂ ਪੜ੍ਹਨਾ ਹੋਇਆ ਉਹ ਬਾਣੀ ਆ ਕਿਉਂਕਿ ਗੁਰੂ ਸਾਹਿਬ ਤਾਂ ਬਾਣੀ ਲਿਖਣਗੇ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਬਾਣੀ ਲਿਖੀ ਆ ਇੱਕ ਪਾਠ ਲਿਖਿਆ ਆ ਉਹਦਾ ਨਾਮ ਹੈਗਾ ਆ ਬਚਿੱਤਰ ਨਾਟਕ ਬਚਿੱਤਰ ਨਾਟਕ ਬਚਿੱਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੱਸਦੇ ਨੇ ਸ਼ੁਰੂਆਤ ਇੱਥੋਂ ਕਰਦੇ ਨੇ ਅਬ ਮੈਂ ਆਪਣੀ ਕਥਾ ਬਖਾਨਾਂ ਸਾਰਾ ਦੱਸਿਆ ਗੁਰੂ ਸਾਹਿਬ ਨੇ ਵੀ ਮੈਂ ਹੁਣ ਆਪਣੀ ਕਥਾ ਸ਼ੁਰੂ ਕਰਨ ਲੱਗਿਆ ਆ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਨਾ ਹੈਮਕੁੰਟ ਪਰਬਤ ਆ ਉਹ ਇੱਕ ਮਾਉਂਟੇਨ ਆ ਹੈਮ ਦਾ ਮਤਲਬ ਹੁੰਦਾ ਬਰਫ਼ ਮੀਨਸ ਆਈਸ ਬਰਫ਼ ਦਾ ਪਹਾੜ ਮਾਉਂਟੇਨ ਆਫ ਆਈਸ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਆਪਾਂ ਸਾਰਾ ਕਲਾ ਮੀਨਿੰਗ ਗੱਲ ਕਰਾਂਗੇ ਬਾਣੀ ਤੁਸੀਂ ਪੜਿਓ ਬਚਿੱਤਰਨਾਟਕ ਪਾਠ ਤੁਹਾਨੂੰ ਨੱਟ ਤੋਂ ਵੀ ਮਿਲ ਸਕਦਾ ਕੋਸ਼ਿਸ਼ ਕਰਿਓ ਗੁੜਕਾ ਸਾਹਿਬ ਪੋਥੀ ਸਾਹਿਬ ਤੋਂ ਪੜਨ ਦੀ ਤੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਜਿਹੜਾ ਨਾ ਹੇਮਕੁੰਟ ਪਰਬਤ ਆ ਪਰਬਤ ਮੀਨ ਪਹਾੜ ਹੇਮ ਮੀਨਸ ਬਰਫ਼ ਉਹ ਜਿਹੜਾ ਪਰਬਤ ਆ ਉਹ ਸੱਤ ਚੋਟੀਆਂ ਦੇ ਵਿਚਾਲੇ ਆ ਸਬਤ ਸ੍ਰਿੰਗ ਸੋਭਤ ਹੈ ਤਹਾ ਚਲੋ ਆਪਾਂ ਆਮ ਇਨਸਾਨ ਆ ਚਲੋ ਕਈ ਵਾਰ ਕੋਈ ਸ਼ਬਦ ਬਾਣੀ ਦਾ ਹਨਾ ਉਚਾਰਨ ਨਹੀਂ ਗਲਤ ਹੋ ਸਕਦਾ ਸੌਰੀ ਆਪਾਂ ਪਹਿਲੀ ਮੰਗ ਲੈਨੇ ਆ ਹਨਾ ਜੀ ਤੇ ਮੇਨ ਮਕਸਦ ਆਪਣਾ ਵੀ ਆਪਾਂ ਜੋ ਗੁਰੂ ਸਾਹਿਬ ਨੇ ਕਿਹਾ ਗੁਰੂ ਸਾਹਿਬ ਕਹਿੰਦੇ ਉਹਦੇ ਆਲੇ ਦੁਆਲੇ ਸੱਤ ਚੋਟੀਆਂ ਨੇ ਵੱਡੀਆਂ-ਵੱਡੀਆਂ ਉਹਦੇ ਸੈਂਟਰ ਤੇ ਸੱਤ ਚੋਟੀਆਂ ਦੇ ਇਹਦਾ ਸੈਂਟਰ ਆਫ ਸੈਵਨ ਮਾਊਂਟਨਸ ਉਹ ਹੈ ਮਕੰਟ ਪਰਬਤ ਠੀਕ ਹੈ ਜੀ ਹੁਣ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਉਹ ਪਰਬਤ ਦੇ ਉੱਤੇ ਮੈਂ ਕਈ ਸਮੇਂ ਤੋਂ ਕਈ ਜੁਗਾਂ ਤੋਂ ਤਪੱਸਿਆ ਕਰਦਾ ਸੀ ਕਈ ਜਗਾਂ ਤੋਂ ਆਪਾਂ ਨੂੰ ਨਹੀਂ ਪਤਾ ਕਿੰਨੇ ਜੋ ਗੁਰੂ ਸਾਹਿਬ ਨੇ ਕਿਹਾ ਵੀ ਬਹੁਤ ਸਮੇਂ ਤੋਂ ਮੈਂ ਉੱਥੇ ਮੈਂ ਤਪੱਸਿਆ ਕਰਦਾ ਸੀ ਪ੍ਰਮਾਤਮਾ ਦੀ ਅਰਦਾਸਨਾ ਕਰਦਾ ਸੀ ਵਾਹਿਗੁਰੂ ਦਾ ਸਿਮਰਨ ਕਰਦਾ ਸੀ ਉਹ ਤਪੱਸਿਆ ਕਰਦੇ ਕਰਦੇ ਸਿਮਰਨ ਕਰਦੇ ਕਰਦੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਮੈਂ ਇਹ ਜੇ ਲੈਵਲ ਤੱਕ ਪਹੁੰਚ ਗਿਆ ਉਹਨੂੰ ਧਾਰਮਿਕ ਲਾਈਨ 'ਚ ਕਹਿੰਦੇ ਨੇ ਅਵਸਥਾ ਮੈਂ ਇਹ ਜੀ ਅਵਸਥਾ ਵਿੱਚ ਪਹੁੰਚ ਗਿਆ ਵੀ ਮੇਰੇ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਿਹਾ देयर इज नो डिफरेंस बिटवीन ਮੀ ਔਰ ਗॉड ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਮੈਂ ਤਪ ਕਰਦਾ ਕਰਦਾ ਸਿਮਰਨ ਕਰਦਾ ਕਰਦਾ ਇੰਨਾ ਅੱਗੇ ਚਲੇ ਗਿਆ ਵੀ ਪਰਮਾਤਮਾ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਿਹਾ ਹੁਣ ਪਰਮਾਤਮਾ ਨੇ ਤਾਂ ਖੁਸ਼ ਹੋਣਾ ਹੀ ਸੀ ਪਰਮਾਤਮਾ ਨੂੰ ਕੋਈ ਇੰਨਾ ਜ਼ਿਆਦਾ ਪਿਆਰ ਕਰੇ ਪਰਮਾਤਮਾ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਸਾਰਾ ਲਿਖਿਆ ਹੋਇਆ ਪੜਿਓ ਜ਼ਰੂਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਫਿਰ ਪਰਮਾਤਮਾ ਜੀ ਵਾਹਿਗੁਰੂ ਜੀ ਪ੍ਰਗਟ ਹੋਏ ਉੱਥੇ ਪ੍ਰਗਟ ਹੋਣ ਤੋਂ ਬਾਅਦ ਫਿਰ ਹੁਣ ਕੋਈ ਗੱਲ ਹੋਣੀ ਸੀਗੀ ਉੱਥੇ ਪ੍ਰਗਟ ਹੋਣ ਤੋਂ ਬਾਅਦ ਜਿਵੇਂ ਆਪਾਂ ਨੂੰ ਚਲੋ ਦਿਖਾਉਂਦੇ ਹੁੰਦੇ ਨੇ ਚਲੋ ਸਾਰੇ ਸਤਿਕਾਰਯੋਗ ਨੇ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਨਹੀਂ ਕੁਝ ਮੰਗਿਆ ਪਹਿਲਾਂ ਨਾ ਬਚਤਰ ਨਾਟਕ ਵਿੱਚ ਸਾਰਾ ਲਿਖਿਆ ਜਦੋਂ ਇੱਕ ਰੂਪ ਹੋ ਗਏ ਦੇਖੋ ਪ੍ਰਮਾਤਮਾ ਕੀ ਆ ਨਿਰਭਉ ਨਿਰਵੈਰ ਜੋ ਡੈਫੀਨੇਸ਼ਨ ਮੂਲ ਮੰਤਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਡਿਮਾਂਡ ਨਹੀਂ ਸੀ ਉਹ ਤੋਂ ਬਾਅਦ ਜਦੋਂ ਪ੍ਰਮਾਤਮਾ ਵਾਹਿਗੁਰੂ ਜੀ ਪ੍ਰਗਟ ਹੋਏ ਵਾਹਿਗੁਰੂ ਜੀ ਨੇ ਪ੍ਰਮਾਤਮਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਹਾ ਵੀ ਤੁਸੀਂ ਇਨਿਤ ਪਸਿਆ ਕੀਤੇ ਵੀ ਹੁਣ ਅਸੀਂ ਤੁਹਾਨੂੰ ਇਹ ਕਹਿੰਨੇ ਆ ਤੁਹਾਨੂੰ ਇਹ ਵਚਨ ਦਿੰਨੇ ਆ ਜਾਂ ਹਨਾ ਪਿਆਰ ਨਾਲ ਜੋ ਕਿਉਂਕਿ ਇੱਕ ਹੋਗੇ ਉਹ ਕਹਿੰਦੇ ਵੀ ਤੁਸੀਂ ਐਵੇਂ ਕਰੋ ਤੁਸੀਂ ਧਰਤੀ ਤੇ ਜਨਮ ਲਵੋ ਧਰਤੀ ਤੇ ਜਾਵੋ ਧਰਮ ਦਾ ਪ੍ਰਚਾਰ ਕਰੋ ਕਈ ਲੋਕ ਨਾ ਅੱਜ ਕੱਲ ਨਿੰਦਦੇ ਨੇ ਵੀ ਧਰਮ ਦੇਖੋ ਮੈਂ ਹਮੇਸ਼ਾ ਕਹਿੰਦਾ ਹੁੰਨਾ ਧਰਮ ਸਾਰੇ ਸਤਕਾਰਯੋਗ ਨੇ ਧਰਮ ਨੂੰ ਐਕਸਪਲੇਨ ਕਰਨ ਵਾਲੇ ਬੰਦੇ ਗਲਤ ਠੀਕ ਹੋ ਸਕਦੇ ਨੇ ਸਾਰੇ ਪੁਰਾਣੇ ਮਹਾਪੁਰਖ ਧਾਰਮਿਕ ਗੁਰੂ ਸਾਰੇ ਸਤਿਕਾਰਯੋਗ ਹੋਏ ਨੇ ਅੱਜ ਕੱਲ੍ਹ ਚੱਲਦਾ ਵੀ ਆਪਣੇ ਅਕੋਰਡਿੰਗ ਕਿਸੇ ਨੇ ਐਕਸਪਲੇਨ ਕਰਤਾ ਪਰ ਸਾਰੇ ਧਰਮ ਸਤਿਕਾਰਯੋਗ ਹੋਏ ਨੇ ਚਲੋ ਆਪਾਂ ਮੁੱਦੇ ਤੇ ਆਉਨੇ ਆ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਜਦੋਂ ਉਥੇ ਮੈਂ ਤਪੱਸਿਆ ਕਰਦਾ ਸੀ ਸਾਰਾ ਇਹ ਵੀ ਲਿਖਿਆ ਵੀ ਦੂਸਰੀ ਸਾਈਡ ਧਰਤੀ ਦੇ ਉੱਤੇ ਮਾਤ ਲੋਕ ਵਿੱਚ ਵੀ ਮੇਰੇ ਮਾਤਾ ਪਿਤਾ ਵੀ ਬਹੁਤ ਤਪੱਸਿਆ ਕਰਦੇ ਸੀ ਮੇਰੇ ਮਾਤਾ ਪਿਤਾ ਵੀ ਬਹੁਤ ਜ਼ਿਆਦਾ ਸਿਮਰਨ ਭਗਤੀ ਵਿੱਚ ਲੀਨ ਸੀਗੇ ਕੌਣ ਸ਼੍ਰੀ ਗੁਰੂ ਤੇਗ ਬਹਾਦਰ ਜੀ ਤੇ ਮਾਤਾ ਗੁਜਰੀ ਜੀ ਹੁਣ ਤੁਸੀਂ ਪਹੁੰਚੋ ਬਾਬੇ ਬਕਾਲੇ ਸਾਈਡ ਬਾਬਾ ਬਕਾਲਾ ਤੁਹਾਨੂੰ ਪਤਾ ਵੀ ਉੱਥੇ ਜਦੋਂ ਗੁਰੂ ਸ਼੍ਰੀ ਹਰਿ ਕ੍ਰਿਸ਼ਨ ਮਹਾਰਾਜ ਜੀ ਨੇ ਸਰੀਰ ਛੱਡਿਆ ਦਿੱਲੀ ਉਹਨਾਂ ਨੇ ਕਿਹਾ ਬਾਬਾ ਬਸੇ ਗ੍ਰਾਮ ਬਕਾਲੇ ਫਿਰ ਭਾਈ ਮੱਖਣਸ਼ਾਹ ਲਬਾਣਾ ਜੀ ਜਾਣਦੇ ਨੇ ਬਾਬੇ ਬਕਾਲੇ ਉੱਥੇ ਤੁਹਾਨੂੰ ਸਾਰਾ ਪਤਾ ਹੈ ਨਾ ਜੀ ਉਹ ਤੋਂ ਬਾਅਦ ਤੁਸੀਂ ਦੇਖੋ ਵੀ ਹਿਸਟਰੀ ਪੜ੍ਹ ਕੇ ਦੇਖਿਓ ਵੀ ਬਹੁਤ ਲੰਬੇ ਚਲੋ ਸਮੇਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਇਆ ਸੀ ਗੁਰੂ ਤੇਗ ਬਹਾਦਰ ਜੀ ਦੇ ਘਰੇ ਗੁਰੂ ਗੋਬਿੰਦ ਸਿੰਘ ਜੀ ਉੱਧਰ ਕੀ ਗਏ ਰਹੇ ਨੇ ਵੀ ਮੇਰੇ ਮਾਤਾ ਪਿਤਾ ਬਹੁਤ ਜ਼ਿਆਦਾ ਭਗਤੀ ਕਰ ਰਹੇ ਸੀਗੇ ਹੁਣ ਤੁਸੀਂ ਆਪ ਅੰਦਾਜ਼ਾ ਲਾਵੋ ਵੀ ਜਿਹਦੇ ਘਰੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵੀ ਮੈਂ ਤੇ ਪ੍ਰਮਾਤਮਾ ਇੱਕ ਹੋ ਗਏ ਸੀਗੇ ਮੇਰੇ ਤੇ ਪ੍ਰਮਾਤਮਾ ਵਿੱਚ ਕੋਈ ਫਰਕ ਨਹੀਂ ਸੀ ਰਿਹਾ ਹੁਣ ਜਿਹਦੇ ਘਰੇ ਪ੍ਰਮਾਤਮਾ ਨੇ ਬਰਤ ਪ੍ਰਕਾਸ਼ ਲੈਣਾ ਹੋਵੇ ਉਹ ਮਾਤਾ ਦੀ ਕੋਖ ਕਿੰਨੀ ਮਤਲਬ ਹਨਾ ਸ਼ੁੱਧ ਸੁੱਚੀ ਭਗਤੀ ਵਾਲੀ ਮਹਾਨ ਹੋਵੇ ਹਨਾ ਉਹ ਘਰ ਉਹ ਮਾਤਾ ਪਿਤਾ ਕਿੰਨੇ ਮਹਾਨ ਉਹ ਸਾਰੇ ਰਿਸ਼ਤੇਦਾਰ ਕਿੰਨੀ ਭਗਤੀ ਹੋਣੀ ਆ ਜਿਹਦੇ ਕਰੇ ਆਪ ਪ੍ਰਮਾਤਮਾ ਪ੍ਰਕਾਸ਼ ਲੈਣ ਲੱਗਿਆ ਆ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਲਿਖਿਆ ਵੀ ਦੂਜੇ ਪਾਸੇ ਧਰਤੀ ਤੇ ਮੇਰੇ ਮਾਤਾ ਪਿਤਾ ਬਹੁਤ ਜ਼ਿਆਦਾ ਅਧਿਕ ਅਰਾਧੀ ਇਹ ਮੇ ਅਧਿਕ ਮਤਲਬ ਬਹੁਤ ਜ਼ਿਆਦਾ ਹਨਾ ਜੀ ਤੇ ਸਾਰਾ ਲਿਖਿਆ ਗੁਰੂ ਸਾਹਿਬ ਨੇ ਅੱਗੇ ਫਿਰ ਜਦੋਂ ਪ੍ਰਮਾਤਮਾ ਵਾਹਿਗੁਰੂ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਵਿੱਚ ਗੱਲਬਾਤ ਵਾਰਤਾ ਲਾਪ ਡਿਸਕਸ਼ਨ ਚੱਲੀ ਉਦੋਂ ਕੀ ਕੀ ਗੱਲ ਹੋਈ ਹੁਣ ਤੁਹਾਨੂੰ ਇਹ ਪਤਾ ਵੀ ਜਦੋਂ ਅਰਥ ਦੀ ਕ੍ਰिएशन ਹੋਈ ਆ ਧਰਤੀ ਬਣਾਈ ਗਈ ਆ ਤੁਹਾਨੂੰ ਪਤਾ ਵੀ ਧਰਤੀ ਤੇ ਕਈ ਬੰਦੇ ਦੇਖੋ ਸਭ ਤੋਂ ਪਹਿਲਾਂ ਤਾਂ ਇੱਕ ਚੀਜ਼ ਹੋਣੀ ਆ ਨਾ ਤੁਸੀਂ ਆਪ ਲਾਓ ਦਿਮਾਗ ਸਭ ਤੋਂ ਪਹਿਲਾਂ ਕੱਲੇ ਵਾਹਿਗੁਰੂ ਜੀ ਪਰਮਾਤਮਾ ਜੀ ਉਹ ਤੋਂ ਬਾਅਦ ਉਹਨਾਂ ਨੇ ਕੁਝ ਹੋਰ ਬਣਾਇਆ ਹਨਾ ਜੀ ਐਵੇਂ ਐਵੇਂ ਚੱਲਿਆ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਮਾਤਮਾ ਵਾਹਿਗੁਰੂ ਜੀ ਕਹਿੰਦੇ ਸਾਰਾ ਲਿਖਿਆ ਹੋਇਆ ਬਚਿੱਤਰਨਾਟਕ ਵਿੱਚ ਵੀ ਮੈਂ ਪਹਿਲਾ ਸਭ ਤੋਂ ਪਹਿਲਾਂ ਇਹ ਸਾਰਾ ਸਿਸਟਮ ਤਿਆਰ ਕੀਤਾ ਪੜਿਓ ਹਨਾ ਸਾਰਾ ਕੁਝ ਤਿਆਰ ਹੋਇਆ ਵੀ ਮੈਂ ਦੇਵਤੇ ਬਣਾਏ ਵੀ ਲੋਕ ਦੇਵਤਿਆਂ ਨੂੰ ਪੂਜਣ ਲੱਗ ਗਏ ਕਈ ਲੋਕ ਦਰਖਤਾਂ ਨੂੰ ਪੂਜਣ ਲੱਗ ਗਏ ਕਈ ਲੋਕ ਮੜੀਆਂ ਨੂੰ ਪੂਜਣ ਲੱਗ ਗਏ